ਸਤਿ ਸ਼੍ਰੀ ਅਕਾਲ ਜੀ ਸੀ5 ਪੰਥ ਖਾਲਸਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਚਰਨਜੀਤ ਸਿੰਘ ਤੇ ਮੇਰੇ ਨਾਲ ਹਰ ਰੋਜ਼ ਦੀ ਤਰ੍ਹਾਂ ਸਰਦਾਰ ਅਤਿੰਦਰਪਾਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਅਤਿੰਦਰਪਾਲ ਸਿੰਘ ਹਮੇਸ਼ਾ ਤੋਂ ਹੀ ਸਿੱਖ ਧਰਮ ਸਿੱਖ ਪੰਥ ਪੰਜਾਬ ਪੰਜਾਬੀ ਪੰਜਾਬੀਅਤ ਦੇ ਨਾਲ-ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਾਜਨੀਤੀ ਦੇ ਉੱਤੇ ਸਾਡੇ ਨਾਲ ਵਿਚਾਰ ਚਰਚਾ ਕਰਦੇ ਰਹਿੰਦੇ ਨੇ ਅੱਜ ਅਸੀਂ ਬੇਹਦ ਸੰਵੇਦਨਸ਼ੀਲ ਮੁੱਦਾ ਲੈ ਕੇ ਸਰਦਾਰ ਸਾਹਿਬ ਨਾਲ ਗੱਲਬਾਤ ਕਰਾਂਗੇ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਦਿੱਲੀ ਦੀ ਮੁੱਖ ਮੰਤਰੀ ਬੀਬੀ ਆਤਿਸ਼ੀ ਦੇ ਕੁਝ ਰੀਲਸ ਚੱਲ ਰਹੀਆਂ ਜਿਨ੍ਹਾਂ 'ਚ ਉਹ ਦਿੱਲੀ ਦੇ ਐਜੂਕੇਸ਼ਨ ਮਾਡਲ ਦੀਆਂ ਪੋਲਾਂ ਖੋਲ ਰਹੀਆਂ ਨੇ ਇੱਕ ਸਕੂਲ ਵਿੱਚ ਬੀਬੀ ਜੀ ਜਾਂਦੇ ਨੇ ਉੱਥੇ ਸਫਾਈ ਦਾ ਬੁਰਾ ਹਾਲ ਹੈ ਇੱਕ ਸਕੂਲ ਵਿੱਚ ਬੀਬੀ ਜੀ ਜਾਂਦੇ ਨੇ ਉੱਥੇ ਟੀਚਰ ਨਹੀਂ ਆ ਰਹੇ ਕਈ ਕਈ ਦਿਨ ਪੜ੍ਹਾਈ ਨਹੀਂ ਕਰਵਾਈ ਜਾਂਦੀ ਇਹੀ ਮਾਡਲ ਅਰਵਿੰਦ ਕੇਜਰੀਵਾਲ ਜੀ ਪੰਜਾਬ ਨੂੰ ਦੇਣਾ ਚਾਹੁੰਦੇ ਸੀ ਸਿੱਖਿਆ ਦਾ ਮਾਡਲ ਜਿੱਥੋਂ ਤੱਕ ਪੰਜਾਬ ਦੀ ਸਿੱਖਿਆ ਦਾ ਸਬੰਧ ਆ ਉਹਦੇ ਤੇ ਪਹਿਲਾਂ ਹੀ بڑے ਹਮਲੇ ਹੋ ਰਹੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਜਿਹੜੇ ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਸੀ ਸਧਾਰਨ ਸਬਜੈਕਟ ਪੜਾਏ ਜਾਂਦੇ ਸੀ ਜਿਨ੍ਹਾਂ ਦੇ ਵਿੱਚ ਔਰ ਉਹ ਹਰ ਖੇਤਰ ਦੇ ਵਿੱਚ ਸਫਲ ਹੁੰਦੇ ਸੀ ਮੈਂ ਕਈ ਆਈਪੀਐਸ ਪੀਸੀਐਸ ਅਫਸਰਾਂ ਨੂੰ ਮਿਲਿਆ ਤੇ ਉਹ ਅਕਸਰ ਕਹਿੰਦੇ ਨੇ ਕਿ ਅਸੀਂ ਸਰਕਾਰੀ ਸਕੂਲਾਂ ਵਿੱਚ ਤਪੜਾਂ ਤੇ ਬੈਠ ਕੇ ਪੜੇ ਹੋਏ ਹਾਂ ਚਾਹੇ ਉਹ Hindu ਭਾਈਚਾਰੇ ਨਾਲ ਸੰਬੰਧਿਤ ਸੀ ਚਾਹੇ Sikh ਭਾਈਚਾਰੇ ਨਾਲ ਸੰਬੰਧਿਤ ਸੀ ਬੜੇ ਅੱਛੇ ਗੁਰਮੁਖੀ ਲਿਖਣੀ ਬੋਲਣੀ ਪੜ੍ਹਣੀ ਉਹਨਾਂ ਨੂੰ ਆਉਂਦੀ ਸੀ ਫਿਰ ਆਈ ਸੀ ਸੌਰੀ ਫਿਰ ਸੀਬੀਐਸਸੀ ਪ੍ਰਣਾਲੀ ਲਿਆਂਦੀ ਗਈ ਆਈਸੀਐਸਈ ਹੁਣ ਐਮੀਨਸ ਸਕੂਲ ਆ ਗਏ ਗੁਰਮੁਖੀ ਸਾਡੇ ਕੋਲੋਂ ਦੂਰ ਚਲੇ ਗਈ ਅੱਜ ਦੇ ਬੱਚੇ ਗੁਰਮੁਖੀ ਅੱਖਰਾਂ ਦੇ ਭੇਦ ਨਹੀਂ ਜਾਣਦੇ ਗੁਰਮੁਖੀ ਅੱਖਰ ਲਿਖਣਾ ਨਹੀਂ ਜਾਣਦੇ ਕਿਤੇ ਨਾ ਕਿਤੇ ਗੁਰਬਾਣੀ ਤੋਂ ਤੋੜਨ ਦੀ ਵੀ ਸਾਜ਼ਿਸ਼ ਹੈ ਜਦੋਂ ਤੁਸੀਂ ਗੁਰਮੁਖੀ ਨਹੀਂ ਪੜ੍ਹ ਪਾਉਗੇ ਗੁਰਗ੍ਰੰਥ ਸਾਹਿਬ ਨਹੀਂ ਪੜ੍ਹ ਪਾਉਗੇ ਗੁਰਬਾਣੀ ਤੋਂ ਦੂਰ ਹੋ ਜਾਓਗੇ ਖੈਰ ਇਹ ਵਿਸ਼ਾ ਇੱਕ ਅਲੱਗ ਹੈ ਮੇਰਾ ਮੇਨ ਵਿਸ਼ਾ ਹੈ ਕਿ ਦਿੱਲੀ ਮਾਡਲ ਜਿਹੜਾ ਸਾਨੂੰ ਐਜੂਕੇਸ਼ਨ ਦੇ ਮਾਮਲੇ ਵਿੱਚ ਦਿਖਾਇਆ ਜਾ ਰਿਹਾ ਸੀ ਉਹਦੀ ਪੋਲ ਤਾਂ ਬੀਬੀ ਆத்ਸੀ ਨਹੀਂ ਖੋਲ ਦਿੱਤੀ ਹੈ ਜੀ ਸਰਦਾਰ ਸਾਹਿਬ ਅਸੀਂ ਇਸ ਤੋਂ ਪਹਿਲਾਂ ਕਿ ਗੱਲ ਕਰੀਏ ਸਿੱਖਿਆ ਤੇ ਪ੍ਰਾਇਮਰੀ ਔਰ ਮਿਡਲ ਸਕੂਲ ਦੀ ਸਿੱਖਿਆ ਤੇ ਜੀ ਮੈਂ ਉਸ ਤੋਂ ਪਹਿਲਾਂ ਅੱਤਸ਼ੀ ਦੀਆਂ ਕੁਝ ਮੂਵੀਜ਼ ਦਿਖਾਣਾ ਚਾਹਨਾ ਤਾਂ ਜੋ ਸਾਡੇ ਦਰਸ਼ਕਾਂ ਨੂੰ ਸਮਝ ਆ ਸਕੇ ਕਿ ਕਿਹੜਾ ਦਿੱਲੀ ਮਾਡਲ ਕਹਿੰਦੇ ਸੀ ਸਿੱਖਿਆ ਦਾ ਸਭ ਤੋਂ ਪ੍ਰਭਾਵਕਾਰੀਆ ਕਿਉਂਕਿ ਗਵਰਨੈਂਸ ਮਾਡਲ ਤਾਂ ਅਸੀਂ ਦਿੱਲੀ ਦਾ ਦੇਖ ਲਿਆ ਅਸੀਂ ਦਿੱਲੀ ਦਾ ਸ਼ਰਾ ਮਾਡਲ ਵੀ ਦੇਖ ਲਿਆ ਅਸੀਂ ਦਿੱਲੀ ਦਾ ਸੀਐਮ ਮਾਡਲ ਵੀ ਦੇਖ ਲਿਆ ਅਸੀਂ ਦਿੱਲੀ ਦਾ ਵਿਕਾਸ ਮਾਡਲ ਵੀ ਦੇਖ ਲਿਆ ਸਿੱਖਿਆ ਮਾਡਲ ਦੀ ਬੜੀ ਗੱਲ ਕੀਤੀ ਜਾਂਦੀ ਸੀ ਤੇ ਇੱਕ ਹੈਲਥ ਮਾਡਲ ਦੀ ਬੜੀ ਗੱਲ ਕੀਤੀ ਜਾਂਦੀ ਸੀ ਮੋਹੱਲਾ ਕਲੀਨਿਕ ਵੀ ਮੋਹੱਲਾ ਕਲੀਨਿਕ ਆਹ ਤਾਂ ਪਿਛਲੇ ਦਿਨਾਂ ਇੱਚੀ ਪੋਲ ਖੁੱਲ ਗਈ ਸੀ ਹੁਣ ਜਦੋਂ ਵੀ ਸੀਐਮ ਬਦਲਿਆ ਦਿੱਲੀ ਦਾ ਆਤਿਸ਼ੀ ਜੀ ਸੀਐਮ ਬਣੇ ਨੇ ਉਹ ਆਪਣੇ ਵੱਲੋਂ ਤਾਂ ਦਿੱਲੀ ਦਾ ਸਿੱਖਿਆ ਮਾਡਲ ਨੂੰ ਸੁਧਾਰਨ ਵਾਲੀ ਗੱਲ ਕਰ ਰਹੇ ਨੇ ਪਰ ਪਿਛਲੇ ਜਿਹੜੇ ਦਿੱਲੀ ਸਰਕਾਰ ਕੇਜਰੀ ਹਾਲ ਦੀ ਹਕੂਮਤ ਹੀ ਚੱਲਦੀ ਰਹੀ ਐ ਅਗਵਾਈ ਚੱਲਦੀ ਰਹੀ ਐ ਦੋ ਵਾਰੀ ਬਣ ਚੁੱਕਾ ਉਹ ਤੇ ਮੁੱਖ ਮੰਤਰੀ ਰੋਸ ਮਾਡਲ ਨੂੰ ਨੇ ਪੂਰੇ ਵਿਸ਼ਵ ਵਿਆਪੀ ਪ੍ਰਸਾਰਤ ਕੀਤਾ ਉਸ ਵਿਸ਼ਵ ਵਿਆਪੀ ਸਿੱਖਿਆ ਮਾਡਲ ਦਾ ਨਮੂਨਾ ਕੀ ਹੈ ਅੱਜ ਦਿੱਲੀ ਚ ਐਨੇ ਸਾਲਾਂ ਬਾਅਦ ਐ ਥੋੜਾ ਜਿਆ ਤੁਸੀਂ ਇਹ ਥੋੜੀਆਂ ਜੀਆਂ ਵੀਡੀਓ ਦੇਖ ਲਓ ਤਾਂ ਤੁਹਾਨੂੰ ਸਮਝ ਆਏਗਾ ਕਿਉਂਕਿ ਪੰਜਾਬ ਤਾਂ ਬਦਲ ਦੇ ਵਿੱਚ ਪੈਰਾ ਥੱਲੇ ਮੋਢੋਲਿਆ ਪਿਆ ਜਿਹੜੇ ਬਾਹਰਲੇ ਬੰਦੇ ਨੇ ਉਹ ਵੀ ਹੁਣ ਪੰਜਾਬ ਨੂੰ ਬਦਲ ਤੋਂ ਬਾਹਰ ਨਹੀਂ ਜਾਣ ਦੇਣਾ ਚਾਹੁੰਦੇ ਐਹੀ ਹਾਲ ਸਾਡੀਆਂ ਪੰਚਾਇਤਾਂ 'ਚ ਵੀ ਆ ਇਸ ਦੀ ਵੀ ਗੱਲ ਕਰ ਲਾਂਗੇ ਪਹਿਲਾਂ ਸਿੱਖਿਆ ਮਾਡਲ ਤੁਸੀਂ ਦੇਖੋ ਕਿ ਦਿੱਲੀ ਸਿੱਖਿਆ ਮਾਡਲ ਕੀ ਚੀਜ਼ ਸੀ ਔਰ ਉਹੀ ਤੁਸੀਂ ਪੰਜਾਬ ਵਿੱਚ ਲਾਗੂ ਕੀਤਾ ਸੁਣੋ ਪਹਿਲਾਂ ਨਾ 10 ਦਾ 11 11 ਟੀਚਰ ਲੇਟ ਆ ਰਹੇ ਹਨ

सब कार्रवाई सब कर करेंगे जी, जी ब्लॉक जहांगीरपुरी के स्कूल में टीचर लेट आते हैं लेकिन आपको नहीं पता है आप मुझे ये बताइए प्रिंसिपल ऑफिस में टाइल लग सकती है लेकिन बच्चों के कमरों में नहीं लग सकती बच्चे टूटे हुए फर्श में बैठेंगे लेकिन हम अपने कमरे में बढ़िया सी टाइल लगा के रखेंगे बच्चे टूटी से पानी पी रहे हैं बताइए आप बिना आरो का पानी पीछे ये क्या है आप घर से लेके आती हैं। हां जी आपके टीचर्स के लिए आपके लिए आप बिस्लेरी के पानी का इंतजाम करती है तो, तो ये कौन सी क्लास है और टीचर कितने आपके पास तो फिर बाकी टीचर्स कहाँ हैं कहाँ है वो वो छत्रपाल जी तो आए थे अभी चले गए नहीं। चले गए मतलब मतलब वो, वो क्या नाम है टीम में भी है ना वो क्या, नहीं क्या वो चले वो गए का तो क्या मतलब होता है अपनी टीचर्स की लिस्ट दिखाई है मुझे कितने टीचर्स हैं आपके यहाँ पे मुझे मिला एक दो तीन चार सोलह सत्रह अठारह उन्नीस बीस के पास कितने क्लासरूम हैं तो फिर अगर कोई टीचर क्लास में स्कूल में नहीं है बाकी टीचर्स कहाँ हैं आपके दिखाइए मुझे एक एक करके चलिए आपके यहाँ पे क्लास में तीन टीचर हैं ये कौन कौन से तीन टीचर हैं जो इस क्लास में सिंह सिंह गोविंद गोविंद देखिए पंकज क्लास में और कौन है ये राजू लाल मीना। आप लोग हेड क्वार्टर में बैठे बैठे पॉलिसी पे पॉलिसी बनाते रहते हैं और ग्राउंड पे ये हाल है अगर उन्नीस में से दस टीचर मौजूद होंगे एक स्कूल में हम कैसे दे रहे हैं इतने टीचर्स को छुट्टियाँ हम कैसे हम इतने टीचर्स को लीव कैसे सेंक्शन कर सकते हैं एट ए टाइम आप तुरंत डीडी -डी को इस स्कूल में भेजिए और इंचार्ज पे एक्शन लीजिए मजाक बना रखा है नौ सौ बच्चे पढ़ते हैं स्कूल में उनकी जिंदगी के साथ खिलवाड़ कर रहे हैं हम रहे हैं मीना जी देखिए डेस्क नहीं है तो बोलिए डेस्क नहीं है आप ये मत कहिए कि कमरों की कमी है इसलिए हम डेस्क नहीं लगा रहे हैं कमरे आपके छे छे खाली पड़े हैं कमरे यहाँ पे छह कमरे खाली पड़े हैं और आप कह रहे हैं कि जी बच्चे ज्यादा हैं क्लास में इस वजह से हम डेस्क नहीं लगा सकते کم سے کم جھوٹ مت بولیے کم سے کم یہ بولیے کم سے کم یہ بولیے کہ کمیاں رہی ہیں پچھلے 5 سال سے 10 سال سے ہم ٹھیک کریں گے یہ کمرہ بھی درشکو ہے ਤੁਸੀਂ دلی ماڈل دیکھ لیا سیکھیا دا صحیح دلی ماڈل پنجاب وچ عام آدمی پارٹی نے پچھلے 25 سالناں وچ استاپت کرن دی کوشش کیتی ہے ہن پنجاب دا جڑا سیکھیا ماڈل سی وہ سیکھیا ماڈل دے جڑے ਪੜੇ ਲਿਖੇ ਵਿਅਕਤੀ ਤੁਹਾਡੇ ਕੋਲ ਹਨ ਉਹ ਤੁਸੀਂ ਸਾਰਿਆਂ ਨੂੰ ਜਾਣਦੇ ਹੋ ਸਰਦਾਰ ਜੋਲ ਵੀ ਨੇ ਸਰਦਾਰ ਗਿਲ ਵੀ ਨੇ ਸਰਦਾਰ ਮਨਮੋਹਨ ਸਿੰਘ ਵੀ ਨੇ ਆਈਕੇ ਗੁਜਰਾਲ ਵੀ ਨੇ ਸਵੰਨ ਸਿੰਘ ਵੀ ਗਿਆ ਉਹਨਾਂ ਦੇ ਅੱਗੇ ਔਲਾਦ ਵੀ ਗਈ ਸਾਰਿਆਂ ਦੀ ਉਸੇ ਸਿੱਖਿਆ ਮਾਡਲ 'ਚੋਂ ਪੜਿਆ ਇੱਕ ਮੈਂ ਤੁਹਾਡੇ ਅੱਗੇ ਵੀ ਬੈਠਾ ਜਿਹੜਾ ਇੱਕ ਹੱਟੀ ਹਾਥੀ ਚਰ ਦਵਾਤ ਲੈ ਕੇ ਜਾਂਦਾ ਸੀ ਨਾਲੇ ਬੋਰੀ ਹੁੰਦੀ ਸੀ ਕਲਾਸ ਸਕੂਲ ਵਿੱਚ ਬੋਰ ਦੇ ਦਰਖਤੇ ਥਾਂ ਝਾੜੂ ਲਾਉਣ ਦੀ ਵਾਰੀ ਹੁੰਦੀ ਸੀ ਸਭ ਦੀ ਵਾਰੋ ਵਾਰੀ ਦੋ ਵਿਦਿਆਰਥੀਆਂ ਦੀ ਬਾਲਟੀ ਭਰ ਕੇ ਪਾਣੀ ਲਿਆਉਣ ਦੀ ਵਾਰੀ ਹੁੰਦੀ ਸੀ ਤਰੋਂਕਾ ਲਾਈਦਾ ਸੀ ਬੋਰੀ ਝਾੜੀਦੀ ਸੀ ਦਰਖਤ ਦੇ ਛਾਂ ਹੇਠਾਂ ਪੜੀਦਾ ਸੀ ਉਹ ਸਿੱਖਿਆ ਮਾਡਲ ਇੱਚੋ ਸੀ ਤੁਹਾਡੇ ਸਾਹਮਣੇ ਨਾਲ ਤੇ ਅੱਜ ਦੇ ਜਿਹੜੇ ਐਮੀਨੈਂਸ ਸਕੂਲ ਬਣਾਏ ਨੇ ਸ੍ਰੀ ਭਗਵੰਤ ਮਾਨ ਜੀ ਨੇ ਉਸ ਦਾ ਅੱਜ ਸਵੇਰੇ ਹੀ ਮੈਨੂੰ ਇੱਕ ਨਮੂਨਾ ਦੇਖਣ ਨੂੰ ਮਿਲਿਆ ਇੱਕ ਬੱਚੇ ਨੇ ਮੈਨੂੰ ਕਿਹਾ ਜੀ ਮੈਂ ਤੁਹਾਨੂੰ ਮਿਲਣ ਆਣਾ ਹੈ ਪਲੱਸ 2 ਦਾ ਵਿਦਿਆਰਥੀ ਆ ਔਰ ਹੁਣ ਆਈਟੀਆਈ ਕਰ ਰਿਹਾ ਮੈਂ ਕਿਹਾ ਜੀ ਆ ਜਾਓ ਮੈਂ ਕਿਹਾ ਜੀ ਤੁਸੀਂ ਅੰਜ ਕਰੋ 2:30 ਵਜੇ ਮੈਨੂੰ ਮਿਲਣ ਆ ਜਾਓ ਉਹਨੇ ਮੈਨੂੰ ਮੁਰਦਾ ਸਵਾਲ ਕੀਤਾ ਜੀ ਢਾਈ ਕਿੰਨਾ ਹੁੰਦਾ ਮਤਲਬ ਸਾਢੇ 12 1 ਵਜੇ ਮੈਂ ਕਿਹਾ ਨਹੀਂ ਢਾਈ ਢਾਈ ਹੀ ਹੁੰਦਾ ਕਹਿੰਦਾ ਜੀ ਮੈਨੂੰ ਸਮਝ ਨਹੀਂ ਆਈ ਜੀ ਸਾਢੇ ਡੇਢ ਵਜੇ ਉਹਦਾ ਜਵਾਬ ਹੈ ਸਾਢੇ ਡੇਢ ਵਜੇ ਮੈਂ ਕਿਹਾ ਨਹੀਂ ਸਾਢੇ ਢਾਈ ਵਜੇ ਕਹਿੰਦਾ ਅੱਛਾ ਅੱਛਾ ਜੀ ਠੀਕ ਹੈ ਜੀ ਆ ਜੇ ਐਮੀਨੈਂਸ ਸਕੂਲ ਦਾ ਅੱਜ ਦਾ ਮੇਰਾ ਤਜਰਬਾ ਅੱਜ ਸਵੇਰੇ ਹੀ ਹੋਇਆ ਮੈਨੂੰ। ਇਹ ਕਹੋਗੇ ਤੇ ਮੈਂ ਉਹ ਵਿਦਿਆਰਥੀ ਨਾਲ ਮਿਲਵਾ ਵੀ ਦੂੰਗਾ। ਹੋਰ 2 ਘੰਟੇ ਬਾਅਦ ਉਹਨੇ ਮੈਨੂੰ ਮਿਲਣਾ ਆ। ਅਸੀਂ ਕਿੱਥੇ ਪਹੁੰਚਾ ਦਿੱਤੇ ਗਏ ਆ। ਅਸੀਂ ਆਪਣੀ ਬੁਨਿਆਦ ਤੋਂ ਹਿਲਾ ਦਿੱਤੇ ਗਏ ਆ। ਆਪਣੀਆਂ ਜੜਾਂ ਸਾਡੀਆਂ ਵੱਡ ਦਿੱਤੀਆਂ ਗਈਆਂ ਨੇ ਤੇ ਜਿਸ ਵੇਲੇ ਜੜ੍ਹ ਤੋਂ ਪੱਟ ਕੇ ਔਰ ਉਸ ਦੀ ਮਿੱਟੀ ਵੀ ਝਾੜ ਕੇ ਪੱਕੀ ਥਾਂ 'ਤੇ ਤੁਸੀਂ ਕਿਸੇ ਬੂਟੇ ਨੂੰ ਰੱਖਦੇ ਹੋ ਫਿਰ ਉਹ ਟੁੱਪਰ ਨਾਲ ਸੁੱਕ ਜਾਂਦਾ ਉਹ ਦੁਬਾਰਾ ਜੜ ਨਹੀਂ ਫੜ ਪਾਂਦਾ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਦੀ ਸਰਕਾਰ ਜਿਹੜੀ ਆਪਣਾ ਪਪਟ ਬਣਾ ਕੇ 92 ਐਮਐਲਏ ਰਹੀ ਤੇ ਰਬੜ ਦੀ ਮੋਹਰ ਤੋਂ ਵੀ ਬੁਰੀ ਹਾਲਤ ਬੇਇੱਜ਼ਤ ਕਰਕੇ ਮੁੱਖ ਮੰਤਰੀ ਨੂੰ ਚਲਾ ਰਹੀ ਹੈ ਉਹ ਪੰਜਾਬ ਨਾਲ ਇਹੀ ਤਜਰਬੇ ਕਰ ਰਹੀ ਹੈ ਪੁਰਾ ਤਜਰਬੇ ਪੂਰੇ ਵੀ ਹੋ ਗਏ ਜੇ ਦੇਖੋ ਪੰਜਾਬ ਸਿੱਖਿਆ ਬੋਰਡ ਦੀ ਜੋ ਵਿਦਿਆਪਨਾਲੀ ਸੀ ਜੋ ਬਣਤਰ ਸੀ ਉਹਨੂੰ ਛਿੰਨਪਿੰਨ ਕਰ ਦਿੱਤਾ ਗਿਆ ਉਹਦੇ ਵਿੱਚ ਸੀਬੀਐਸਸੀ ਹੁਣ ਇੱਕ ਹੋਰ ਆਈਸੀ ਉਹਨੂੰ ਕੀ ਕਹਿੰਦੇ ਨੇ ਜੀ ਨਵੀਂ ਆਈਸੀ ਆਈਐਸ ਆਈਸੀਐਸ ਆਈਸੀਐਸ ਆ ਆ ਗਏ ਜੇ ਮਾਡਲ ਸਕੂਲ ਫਿਰ ਆ ਗਏ ਮਾਡਰਨ ਸਕੂਲ ਹੁਣ ਆ ਗਏ ਐਮੀਨੈਂਟ ਸਕੂਲ ਪੰਜਾਬ ਦੀ ਸਿੱਖਿਆ ਪ੍ਰਣਾਲੀ ਚ ਕੀ ਬਈ ਬੁਰੀ ਗੱਲ ਸੀ ਉਹ ਤਾਂ ਦੱਸੀ ਨਹੀਂ ਕਿਸੇ ਨੇ ਅਗਰ ਤੁਸੀਂ ਕੋਈ ਬਦਲ ਕਰਨਾ ਹੈ ਤੇ ਬਦਲ ਕਰਨ ਤੋਂ ਪਹਿਲਾਂ ਇਹ ਤਾਂ ਦੱਸੋ ਬਈ ਪਹਿਲਾਂ ਜਿਹੜੀ ਚੀਜ਼ ਬਦਲ ਰਹੇ ਆ ਉਹਦੇ ਚਾ ਨੁਕਸੀ ਨਵੀਂ ਨੁਕਸਾਨ ਨਾਲ ਭਰੀ ਹੋਈ ਆ ਨਮੀ ਚੋ ਤੁਹਾਡਾ ਇਤਿਹਾਸ ਪੰਜਾਬ ਦਾ ਇਤਿਹਾਸ ਮੰਨਫੀ ਕਰ ਦਿੱਤਾ ਗੁਰਮੁਖੀ ਮੰਨਫੀ ਕਰ ਦਿੱਤੀ ਗੁਰਬਾਣੀ ਮੰਨਫੀ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਹੜੇ ਭਗਤ ਆਏ ਨੇ ਭਗਤ ਬਾਣੀ ਮੰਨਫੀ ਕਰ ਦਿੱਤੀ ਜੋ ਮੰਨਫੀ ਕੀਤਾ ਮੈਂ ਤੁਹਾਨੂੰ ਉਹ ਦੱਸ ਰਿਹਾ ਜਿਹੜਾ ਪੰਜਾਬੀ ਸੱਭਿਆਚਾਰ ਸੀ ਉਹ ਮੰਨਫੀ ਕਰ ਦਿੱਤਾ ਪੰਜਾਬ ਦੇ ਨਾਇਕ ਮੰਨਫੀ ਕਰ ਦਿੱਤੇ ਸਿੱਖ ਇਤਿਹਾਸ ਦੇ ਨਾਇਕ ਮੰਨフィー ਕਰ ਦਿੱਤੇ ਆ 10 12 ਚੀਜ਼ਾਂ ਤਾਂ ਮੁਕੰਮਲ ਤੌਰ ਤੇ ਪ੍ਰਾਇਮਰੀ ਮਿਡਲ ਤੇ ਪਲੱਸ 2 ਦੀ ਸਿੱਖਿਆ ਪ੍ਰਣਾਲੀ ਚੋਂ ਮੰਨフィー ਕਰ ਦਿੱਤੀਆਂ ਨੇ ਹੁਣ ਪੰਜਾਬ ਦਾ ਨਾਇਕ ਕੌਣ ਆ ਭਗਤ ਸਿੰਘ ਤੇ ਡਾਕਟਰ ਅੰਬੇਡਕਰ ਬੜੀ ਸਿੱਧੀ ਹੀ ਕਹਾਣੀ ਐ ਹੁਣ ਪੰਜਾਬ ਦੇ ਨਾਇਕ ਨਾ ਗੁਰੂ ਨਾਨਕ ਨੇ ਨਾ ਸਾਡੇ ਭਗਤ ਕਬੀਰ ਜੀ ਰਾਮਦਾਸ ਜੀ ਈਪਾ ਜੀ ਕੋਈ ਵੀ ਨਹੀਂ ਜੇ ਬਚਿਆ ਨਾ ਸਾਡੇ ਨਾਇਕ ਮਹਾਰਾਜਾ ਰਣਜੀਤ ਸਿੰਘ ਤੇ ਨਾ ਹਰੀ ਸਿੰਘ ਨਲਵਾ ਤੇ ਨਾ ਅ ਬਾਬਾ ਬੰਦਾ ਸਿੰਘ ਬਹਾਦਰ ਬਚੇ ਹੀ ਨਹੀਂ ਸਿੱਖਿਆ ਪ੍ਰਣਾਲੀ ਕੀ ਨਹੀਂ ਬਚੇ ਹੁਣ ਜੇ ਬਚੇ ਹੀ ਨਹੀਂ ਤੇ ਆ ਕੀ ਗਏ ਨੇ ਇਹਨਾਂ ਦੇ ਥਾਵਾਂ ਤੇ ਬੁਲਬੁਲ ਤੋਂ ਬੈਠ ਕੇ ਸਾਰ ਵਰਕਰ ਆ ਗਿਆ ਗੋਲਵਾਲ ਕਰ ਆ ਗਿਆ ਦੀਨदयाल उपाध्याय ਆ ਗਿਆ ਮਦਨ ਮੋਨ ਮਾਲਵੀਆ ਆ ਗਿਆ ਆ ਸਾਰੇ ਆ ਗਏ ਜੀ ਮੈਂ ਸਰਦਾਰ ਸਾਹਿਬ ਇੱਥੇ ਇੱਕ ਹੋਰ ਗੱਲ ਕਹਿਣੀ ਚਾਹਨਾ ਕਦੀ ਸਾਹਿਤ ਦੀ ਗੱਲ ਚਲਦੀ ਸੀਗੀ ਤਾਂ ਭਾਈ ਵੀਰ ਸਿੰਘ ਲਾਲਾ ਧਨੀ ਰਾਮ ਚਾਤ੍ਰਿਕ ਫਰੋਜ਼ੁਦੀਨ ਸ਼ਰਫ ਵਰਗੇ ਨਾਮ ਸਾਹਮਣੇ ਆਉਂਦੇ ਸੀ ਹੁਣ ਤਾਂ ਉਹ ਨਾਮ ਕਿਤਾਬਾਂ 'ਚੋਂ ਲੱਭਣੇ ਮੁਸ਼ਕਲ ਹੋਏ ਪਏ ਨੇ ਅੱਜ ਕੋਈ ਭਾਈ ਵੀਰ ਸਿੰਘ ਨੂੰ ਨਹੀਂ ਜਾਣਦਾ ਅੱਜ ਕੋਈ ਲਾਲਾ ਧਨੀ ਰਾਮ ਚਾਤ੍ਰਿਕ ਨੂੰ ਨਹੀਂ ਜਾਣਦਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਨਾ ਜਿਸ ਵੇਲੇ ਅਸੀਂ ਪੜ੍ਹਦੇ ਹੁੰਦੇ ਸੀ ਸਾਨੂੰ ਜਿਹੜਾ ਪੇਪਰ ਹੁੰਦਾ ਸੀ ਨਾ ਗੁਰਮੁਖੀ ਦਾ ਉਹਦੇ ਵਿੱਚ ਚੰਡੀ ਦੀ ਵਾਰ ਦੀ ਇੱਕ ਪੌੜੀ ਆਂਦੀ ਹੁੰਦੀ ਸੀ ਜਿਹਦੇ ਵਿਆਖਿਆ ਕਰਨੀ ਹੁੰਦੀ ਸੀ। ਔਰ ਅੱਜ ਦੇ ਬੱਚਿਆਂ ਨੂੰ ਸ਼ਾਇਦ ਚੰਡੀ ਦੀ ਵਾਰ ਦਾ ਨਾਮ ਵੀ ਚੇਤੇ ਨਹੀਂ ਹੁੰਦਾ। ਇਹ ਤਰੁੱਟੀ ਵਾਲੀ ਜਿਹੜੀ ਸਿੱਖਿਆ ਪ੍ਰਣਾਲੀ ਸਾਨੂੰ ਥੋਪੀ ਗਈ, ਜਬਰੀ ਥੋਪੀ ਗਈ ਹੈ ਮੈਂ ਤੇ ਇਹ ਗੱਲ ਕਵਾਂਗਾ। ਔਰ ਅਫਸੋਸ ਦੀ ਗੱਲ ਹੈਗੀ ਹੈ ਕਿ ਅਸੀਂ ਉਸ ਦਾ ਵਿਰੋਧ ਕਰਨ ਦੀ ਬਜਾਏ ਉਸੇ ਵਹਿਣ ਵਿੱਚ ਵਹਿੰਦੇ ਜਾ ਰਹੇ ਹਾਂ। ਜੇ ਭਗਤੀ ਕਾਲ ਦੀ ਗੱਲ ਆਂਦੀ ਹੈ ਤਾਂ ਤੁਸੀਂ ਚਤਨਿਆ ਮਹਾਪ੍ਰਭੂ ਦੀ ਗੱਲ ਕਰਦੇ ਹੋ ਮੈਂ ਕਿਸੇ ਦਾ ਵਿਰੋਧੀ ਨਹੀਂ ਆ ਚਤਨਿਆ ਮਹਾਪ੍ਰਭੂ ਸਤਕਾਰਯੋਗ ਹੋਣਗੇ ਪਰ ਜਦੋਂ ਭਗਤੀ ਲਹਿਰ ਦੀ ਗੱਲ ਚੱਲਦੀ ਹੈ ਉਦੋਂ ਗੁਰੂ ਨਾਨਕ ਤੇ ਭਗਤ ਰਵਦਾਸ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਉਦੋਂ ਧੰਨੇ ਭਗਤ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਭਗਤੀ ਲਹਿਰ ਦਾ ਹੀ ਹਿੱਸਾ ਸੀ ਨਾ ਤੁਸੀਂ ਕਿਉਂ ਨਹੀਂ ਭਗਤ ਕਬੀਰ ਦੀ ਗੱਲ ਕਰਦੇ ਤੁਸੀਂ ਕਿਉਂ ਨਹੀਂ ਭਗਤ ਰਵਦਾਸ ਦੀ ਗੱਲ ਕਰਦੇ ਜਿਨ੍ਹਾਂ ਨੇ ਸੰਸਾਰ ਨੂੰ ਛੰਡੋੜਿਆ ਸੀ ਜਤਨਨੇ ਮਹਾਪ੍ਰਭੂ ਬਹੁਤ ਵਧੀਆ ਹੋਣਗੇ ਆਪਣੀ ਜਗ੍ਹਾ ਤੇ ਹੋਣਗੇ ਉਹ ਆਪਣੇ ਇਲਾਕੇ ਦੀ ਪੜ੍ਹਾਈ ਨੂੰ ਵੀ ਜਦੋਂ ਅਸੀਂ ਛੱਡਣਾ ਸ਼ੁਰੂ ਕਰ ਦਿੱਤਾ ਆਪਣੇ ਖਿੱਤੇ ਦੇ ਲੋਕਾਂ ਤੋਂ ਦੂਰੀ ਬਣਾਣੀ ਸ਼ੁਰੂ ਕਰ ਦਿੱਤੀ ਹੈ ਤੇ ਫਿਰ ਸਾਡੇ ਨਾਇਕ ਤੇ ਬੁਲਬੁਲ ਦੇ ਉੱਡ ਕੇ ਹੀ ਸਵਾਰ ਭੱਜਣਗੇ ਨਾ ਸੈਲੂਲਰ ਜੇਲ੍ਹ ਬਾਰੇ ਤੁਸੀਂ ਨਹੀਂ ਪੜ੍ਹਾਉਂਦੇ ਪਏ ਅੱਜ ਤੁਸੀਂ ਆਜ਼ਾਦੀ ਲਹਿਰ ਦੀ ਗੱਲ ਕਰਦੇ ਹੋ ਤੁਸੀਂ ਵੀਰ ਸਰ ਵਰਕਰ ਦੀ ਗੱਲ ਕਰਦੇ ਹੋ ਤੁਸੀਂ ਉਹਨਾਂ ਗਦਰੀ ਬਾਬਿਆਂ ਦੀ ਗੱਲ ਕਿਉਂ ਨਹੀਂ ਕਰਦੇ ਜਿਨ੍ਹਾਂ ਨੇ ਜੇਲਾਂ ਕਟੀਆਂ ਉਹਨਾਂ ਬਾਬਿਆਂ ਦੀ ਗੱਲ ਕਿਉਂ ਨਹੀਂ ਕਰਦੇ ਕਾਲੇ ਪਾਣੀ ਦੀਆਂ ਸਜਾਵਾਂ ਕੱਟੀਆਂ ਜੀ ਸਰਦਾਰ ਸਾਹਿਬ ਤੁਸੀਂ ਜਲੰਧਰ ਦੀ ਉਸ ਜੇਲ੍ਹ ਦੀ ਗੱਲ ਕਿਉਂ ਨਹੀਂ ਕਰਦੇ ਜਿਹਦੇ ਵਿੱਚ ਬਾਬਾ ਮਹਾਰਾਜ ਸਿੰਘ ਜਿਹੜੇ ਕਿ ਸਭ ਤੋਂ ਪਹਿਲੇ ਸੁਤੰਤਰਤਾ ਸੰਗਰਾਮੀ ਹੋਏ ਨੇ ਉਹਨਾਂ ਨੇ ਜੇਲ੍ਹ ਕੱਟੀ ਆ ਬੜੀਆਂ ਵੱਡੀਆਂ ਗੱਲਾਂ ਨੇ ਤੁਸੀਂ ਅੱਜ ਜੇ ਗੱਲ ਕਰਦੇ ਹੋ ਤੇ ਜੈਤੋ ਦੇ ਉਸ ਥਾਣੇ ਦੀ ਗੱਲ ਕਰ ਲੈਂਦੇ ਹੋ ਜਿਹਦੇ ਵਿੱਚ ਨਰੂ ਨੇ ਇੱਕ ਰਾਤ ਕੱਟੀ ਠੀਕ ਹੈ ਨਾ ਜੀ ਪਰ ਤੁਸੀਂ ਆਪਣਾ ਇਤਿਹਾਸ ਆਪਣੇ ਨਾਇਕ ਆਪਣੇ ਭਗਤ ਆਪਣਾ ਸਰਮਾਇਆ ਆਪਣੇ ਹੀਰੇ ਆਪਣੇ ਕੋਹੇ ਨੂਰ ਅਤੇ ਆਪਣੀ ਵਿਦਿਅਕ ਪ੍ਰਣਾਲੀ ਦੇ ਨਾਲ-ਨਾਲ ਬੋਧਿਕਤਾ ਅਤੇ ਆਪਣੀ ਸੰਪਰਾਬੂਤਾ ਪ੍ਰਭੂ ਸੱਤਾ ਜਿਹੜੀ ਰਾਜ ਦੀ ਸੀ ਉਸ ਦਾ ਵਿਨਾਸ਼ ਕਰ ਦਿੱਤਾ ਤੇ ਨਵੀਂ ਉਸ ਦੇ ਥਾਂ ਤੇ ਸਥਾਪਿਤ ਕੀ ਕੀਤੀ ਹੈ ਬੇਗਾਨੀ ਤਾਂ ਜੋ ਪੰਜਾਬੀਆਂ ਨੂੰ ਪੰਜਾਬ ਦੇ ਮੂਲ ਇਤਿਹਾਸ ਅਤੇ ਮੌਲਿਕ ਮੂਲ ਤੌਰ ਤੇ ਜਿਹੜੀ ਸਭੈਤਾ ਸਿਵਲਾਈਜੇਸ਼ਨ ਅਤੇ ਜਿਹੜੀ ਸੱਭਿਆਚਾਰ ਹੈ ਉਹ ਪੰਜਾਬੀਆਂ ਦੇ ਕੰਨ ਚੋਂ ਖਤਮ ਕਰ ਦਿੱਤਾ ਜਾਏ ਠੀਕ ਉਵੇਂ ਹੀ ਜਿਵੇਂ ਟ੍ਰਾਸਟਿਊ ਬੇਬੀ ਤੇ ਸਾਰੋਗੇਸ਼ਨ ਨਾਲ ਅੱਜਕੱਲ ਬਿਹਾਰੀ ਨਹੀਂ ਆਣੇ ਪੰਜਾਬੀਆਂ ਦੇ ਘਰਾਂ ਵਿੱਚ ਜੰਮਦੇ ਪਏ ਨੇ ਠੀਕ ਉਸੇ ਤਰੀਕੇ ਨਾਲ ਹੀ ਵਿਦਿਅਕ ਪ੍ਰਣਾਲੀ ਨਾਲ ਅਸੀਂ ਊੜਾ ਐੜਾ ਛੱਡ ਦਿੱਤਾ ਊੜੇ ਐੜੇ ਦੇ ਨਾਲ ਝੂੜਾ ਵੀ ਛੱਡ ਦਿੱਤਾ ਝੂੜੇ ਦੇ ਨਾਲ ਗੁਰਮੁਖੀ ਵੀ ਛੱਡ ਦਿੱਤੀ ਹੈ ਗੁਰਮੁਖੀ ਦੇ ਨਾਲ ਸਿੱਖੀ ਸਭੈਤਾ ਵੀ ਛੱਡ ਦਿੱਤੀ ਹੈ ਸਿੱਖੀ ਸਭੈਤਾ ਦੇ ਨਾਲ ਨਾਨਕ ਦਾ ਸਾਂਝੀ ਵਾਲਤਾ ਦਾ ਸਿਧਾਂਤ ਵੀ ਛੱਡ ਦਿੱਤਾ ਦਰਨਾਨਕ ਦੇ ਸਾਂਝੀ ਵਾਲਤਾ ਦੇ ਸਿਧਾਂਤ ਦੇ ਨਾਲ ਜਿਹੜਾ ਸਾਡਾ ਸਮਾਜ ਦਾ ਆਰਥਿਕਤਾ ਦਾ ਅਤੇ ਗਵਰਨੈਂਸ ਦਾ ਰੋਲ ਮਾਡਲ ਸੀ ਕਿਰਤਕਾਰੋਂ ਨਾਮ ਜੱਪੋ ਵੰਡ ਛਕੋ ਉਹ ਵੀ ਛੱਡ ਦਿੱਤਾ ਤੇ ਜਿਹੜਾ ਸਾਡਾ ਪ੍ਰਸ਼ਾਸਨ ਦਾ ਰੋਲ ਮਾਡਲ ਸੀ ਸੇਵਾ ਕਰਨੀ ਉਸ ਦੀ ਥਾਂ ਤੇ ਅਸੀਂ ਫੇਰ ਮਲਕ ਭਾਗੋ ਬਿਠਾ ਦਿੱਤਾ ਇਹ ਵਿਦਿਆਕ ਪ੍ਰਣਾਲੀ ਹਾਲੀ ਕਲਾਸ 12 ਲੈ ਕੇ 12ਵੀਂ ਤੱਕ ਅਸੀਂ ਇਹੀ ਪ੍ਰਣਾਲੀ ਬਦਲ ਦਿੱਤੀ ਹੈ ਔਰ ਜਿਸ ਵੇਲੇ ਅਸੀਂ ਆ ਬਦਲ ਦਿੱਤੀ ਹੈ ਤੇ ਫਿਰ ਉਸ ਵਿੱਚ ਅਸੀਂ ਚਾਹੁੰਦੇ ਆ ਕਿ ਬੀਜ ਦੇ ਤਾਂ ਪਏ ਆ ਅਸੀਂ ਕਿ ਕਰ ਤੇ ਹੁਣ ਤੁਸੀਂ ਦੱਸੋ ਉਸ ਤੋਂ ਚਾਹੁੰਦੇ ਕੀ ਆ ਵਿੱਚ ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹਨਾ ਬੜੇ ਸਾਜ਼ਿਸ਼ੀ ਢੰਗ ਦੇ ਨਾਲ ਤੁਹਾਡੇ ਦਿਮਾਗ ਦੇ ਵਿੱਚੋਂ ਤੁਹਾਡੀ ਮਾਨਸਿਕਤਾ ਦੇ ਵਿੱਚੋਂ ਰਾਜ ਦੀ ਜਿਹੜੀ ਤੁਹਾਡੀ ਲਲਕ ਹੈ ਉਹਨੂੰ ਖੋਇਆ ਗਿਆ ਅੱਜ ਤੁਹਾਡੇ ਸਕੂਲਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨਹੀਂ ਪੜਾਇਆ ਜਾਂਦਾ ਬੰਦਾ ਸਿੰਘ ਬਹਾਦਰ ਨਹੀਂ ਪੜਾਇਆ ਜਾਂਦਾ ਚੰਦਰਗੁਪਤ ਮੌਰੀਆ ਪੜਾਇਆ ਜਾਂਦਾ ਅੱਜ ਤੁਹਾਡੇ ਰਾਜਾ ਤੁਹਾਡੇ ਸਕੂਲਾਂ ਦੇ ਵਿੱਚ ਪੋਰਸ ਨਹੀਂ ਪੜਾਇਆ ਜਾਂਦਾ ਦਾ ਗ੍ਰੇਟ ਸਿਕੰਦਰ ਪੜਾਇਆ ਜਾਂਦਾ ਦਾ ਗ੍ਰੇਟ ਅਲੈਗਜ਼ੈਂਡਰ ਆ पता ਨਹੀਂ ਕਿਹੜੀਆਂ ਸਾਜ਼ਿਸ਼ਾਂ ਪੰਜਾਬ ਦੇ ਜਆਨਾਂ ਨਾਲ ਘੜੀਆਂ ਜਾ ਰਹੀਆਂ ਨੇ ਸਾਡਾ ਸਾਹਿਤ ਵੀ ਲੁੱਟਿਆ ਗਿਆ ਸਾਡਾ ਇਤਿਹਾਸ ਵੀ ਦਾਗਦਾਰ ਕਰ ਦਿੱਤਾ ਗਿਆ ਸਾਡੇ ਸੌਰੀ ਸਾਡੀ ਗੁਰੂ ਪ੍ਰਣਾਲੀ ਦੇ ਉੱਤੇ ਵੀ ਕੋਈ ਜਵਾਬ ਨਹੀਂ ਆਖਰਕਾਰ ਇਹ ਸਾਜ਼ਿਸ਼ਾਂ ਕੌਣ ਤਿਆਰ ਕਰਦਾ ਹੈ ਸਾਡਾ ਵਿਰਸਾ ਹੀ ਖਤਮ ਕਰ ਦਿੱਤਾ ਗਿਆ ਜੀ ਸਾਡਾ ਵਿਰਸਾ ਸਾਡਾ ਚਾਣਕਿਆ ਚਾਣਕਿਆ ਬਾਰੇ ਸਾਨੂੰ ਜਾਣਕਾਰੀ ਹੈਗੀ ਹੈ ਗਰਜਾ ਸਿੰਘ ਬੋਤਾ ਸਿੰਘ ਬਾਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੈਗੀ ਉਹਦੇ ਵੀ ਤਾਂ ਇੱਕ ਨੀਤੀ ਸੀ ਨਾ ਜੀ ਉਹ ਚਨਕਿਆ ਤਾਂ ਵੱਡੀ ਨੀਤੀ ਸੀ ਗਰਜਾ ਸਿੰਘ ਬੋਤਾ ਸਿੰਘ ਦੀ ਕੂਟਨੀਤੀ ਵੀ ਸੀ ਉਹਦੇ ਵਿੱਚ ਰਾਜਨੀਤੀ ਵੀ ਸੀ ਗਰਜਾ ਸਿੰਘ ਬੋਤਾ ਸਿੰਘ ਦਾ ਜਿਹੜਾ ਇੱਕ 8 ਲਾਈਨਾਂ ਦਾ ਪੱਤਰ ਭੇਜਿਆ ਗਿਆ ਸੀ ਲਾਹੌਰ ਉਹ ਪੱਤਰ ਆਪਣੇ ਆਪ ਵਿੱਚ ਪੰਜਾਬ ਦੇ ਜਾਿਆਂ ਦੀ ਰਾਜਨੀਤਿਕ ਪ੍ਰਣਾਲੀ ਤੇ ਕੂਟਨੀਤਕ ਆਪਣਾ ਕਾਰਜ ਪ੍ਰਣਾਲੀ ਦੇ ਨਾਲ ਪ੍ਰੈਕਟੀਕਲ ਅਮਲ ਦੀ ਧਿਖਿਆ ਦੇਣ ਦਾ ਪੱਤਰ ਜਿਹੜਾ ਕਿ ਸ਼ਾਮਲ ਹੋਣਾ ਚਾਹੀਦਾ ਵਿੱਦਿਆ ਪ੍ਰਣਾਲੀ ਚ ਪਰ ਨਹੀਂ ਹੁਣ ਹੈ ਕਿਉਂ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਅੰਜ ਕਿਉਂ ਆ ਇਸ ਕਰਕੇ ਆ ਕਿ ਆਮ ਤੌਰ ਤੇ ਪੰਜਾਬੀ ਤੇ ਖਾਸ ਤੌਰ ਤੇ ਸਿੱਖ ਬੋਧਿਕ ਪਦਰਤੋਂ ਨਕਾਰਾ ਕਰ ਦਿੱਤਾ ਗਿਆ ਆ ਪੰਗ ਨਹੀਂ ਬਣਾਇਆ ਗਿਆ ਪਹਿਲਾਂ ਪੰਗ ਬਣਾਇਆ ਗਿਆ ਉਹਨਾਂ ਨੂੰ ਨਕਾਰਾ ਕਰ ਦਿੱਤਾ ਗਿਆ ਤੇ ਸਾਡੇ ਜਿਹੜੇ ਬੋਧਿਕ ਪੱਧਰ ਦੇ ਚਿੰਤਕ ਸੀ ਉਹਨਾਂ ਨੂੰ ਵਿਸ਼ਵ ਵਿਦਿਆਲਿਆਂ ਨੇ ਡਾਕਟੋਰੇਟ ਕਰਾ ਕਰਾ ਕੇ ਭਾਰਤ ਸਰਕਾਰ ਦੀ ਗੁਲਾਮੀ ਧੋਣ ਵਾਲੇ ਤੇ ਭਾਰਤ ਸਰਕਾਰ ਦੀਆਂ ਨੀਤੀਆਂ ਨੂੰ ਦਾ ਲਾਗੂਕਰਨ ਕਰਾਉਣ ਵਾਲੇ ਸਾਖਰ ਬਣਾ ਕੇ ਰੱਖ ਦਿੱਤਾ ਤੇ ਸਾਖਰਤਾ ਦੀ ਭਾਰਤ ਸਰਕਾਰ ਦੀ ਜਿਹੜੀ ਸਟਾਟਰਾ ਮੀਟਰ ਹੈ ਜਿਹੜਾ ਉਹਨੇ ਨੀਤੀ ਬਣਾਈ ਆ ਉਹ ਸਾਖਰਤਾ ਦੀ ਨੀਤੀ ਆ ਬਣਾਈ ਆ ਕਿ ਭਈ ਅੰਗੂਠਾ ਨਾ ਲਗਾਓ ਤੁਹਾਨੂੰ ਆਪਣੇ ਦਸਤਖਤ ਕਰਨੇ ਆਣੇ ਚਾਹੀਦੇ ਨੇ ਮੈਨੂੰ ਇੱਥੇ ਇੱਕ ਗੱਲ ਯਾਦ ਆ ਰਹੀ ਹੈ ਫਰਾਂਸ ਵਿੱਚ ਪੀ ਐਚ ਡੀ ਕਰਾਈ ਜਾਂਦੀ ਸੀ ਇੱਕ ਟਾਈਮ ਐਸਾ ਆਇਆ ਫਰਾਂਸ ਦੀਆਂ ਹੀ ਯੂਨੀਵਰਸਿਟੀਆਂ ਤੇ ਕਿ ਉਹਨਾਂ ਨੂੰ ਆਰਥਿਕ ਮਜਬੂਰੀਆਂ ਆਣੀਆਂ ਸ਼ੁਰੂ ਹੋ ਗਈਆਂ ਆਟੋਨੋਮਸ ਹੋ ਗਿਆ ਕੰਮ ਉਹਨਾਂ ਨੇ ਅਮੀਰਾਂ ਨੂੰ ਕਿਹਾ ਕਿ ਭਈ ਜੀ 500 ਫ੍ਰਾਂਕੀ ਚ ਤੁਸੀਂ ਸਾਡੇ ਤੋਂ ਪੀ ਐਚ ਡੀ ਡਿਗਰੀ ਕਰ ਸਕਦੇ ਹੋ ਅਮੀਰਾਂ ਨੇ ਤੜਾ 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 ਇੱਕ ਇੱਕ ਅਮੀਰ ਨੇ 10 10 ਪੀ ਐਚ ਡੀ ਡਿਗਰੀਆਂ ਕਰ ਲਈਆਂ ਪੀ ਐਸ ਡੀ ਡਿਗਰੀ 10 10 ਲਾ ਲਈਆਂ ਜੀ ਠੀਕ ਆ ਜੀ ਉਹਨੇ ਕ ਅਮੀਰ ਹੋਰ ਸੀ ਜੀ ਉਹ ਇਹਨੇ ਆਪਣੇ ਘੋੜੇ ਨਾਲ ਬੜਾ ਲਗਾ ਸੀ ਉਹਨੇ ਯੂਨੀਵਰਸਿਟੀ ਨੂੰ ਚਿੱਠੀ ਭਾਈ ਨਾਲ 500 ਫ੍ਰਾਂਕ ਵੀ ਭੇਜੇ ਕਿ ਭਈ ਮੈਂ ਚਾਹੁੰਦਾ ਕਿ ਮੇਰੇ ਘੋੜੇ ਨੂੰ ਵੀ ਪੀ ਐਚ ਡੀ ਦੇ ਦਿੱਤੀ ਜਾਏ ਤੁਸੀਂ ਆ ਦੇਖੋ ਕਿ ਉਹ ਮੋਦੀਕ ਲੋਕ ਵੀ ਆਪਣੇ ਆਪ ਵਿੱਚ ਬੜੇ ਸੰਤੁਲਿਤ ਸਨ ਤੇ ਬੜੇ ਸਟ੍ਰੀਕ ਸਨ ਉਹਨਾਂ ਨੇ ਉਹ ਸਮੀਰ ਨੂੰ ਚਿੱਠੀ ਭਾਈ ਕਿ ਅਸੀਂ ਘੋੜਿਆਂ ਨੂੰ ਪੀ ਐਚ ਡੀ ਨਹੀਂ ਦਿੰਦੇ ਸਿਰ ਗੱਧਿਆਂ ਨੂੰ ਦਿੰਦੇ ਆ ਇਹ ਗੱਲ ਹੂਬ ਹੂ ਪੰਜਾਬ ਤੇ ਤੇ ਟਕਦੀ ਪਈ ਹੈ ਪੂਰੀ ਤਰ੍ਹਾਂ ਇੱਥੇ ਨੌਜਵਾਨ ਬੜੀ ਆਰੀ ਮੈਂ ਦੇਖਿਆ 4 4 5 5 ਸਾਲ ਬੁਰਾ ਨਾ ਮਨਾਇਆ ਜੇ ਮੇਰੀ ਗੱਲ ਦਾ ਐਸ ਲਈ ਇਹ ਸਕਾਲਰ ਬਣੇ ਰਹਿੰਦੇ ਨੇ ਕਿ ਭਈ ਉਹਨਾਂ ਨੂੰ 35000 45000 ਰੁਪਇਆ ਮਿਲਦਾ ਉਹਨਾਂ ਨੂੰ ਪਤਾ ਕਿ ਭਈ ਜੇ 2 3 ਸਾਲਾਂ ਵਿੱਚ ਪਹਿਲਾਂ ਸਾਡੇ ਟਾਈਮ ਤੇ 2 ਸਾਲਾਂ ਵਿੱਚ ਪੀ ਐਚ ਡੀ ਹੋ ਜਾਂਦੀ ਸੀ ਤੇ ਹੁਣ 1.66 ਸਾਲੋਂ ਨਾਲ ਨੂੰ ਸਕਾਲਰਸ਼ਿਪ ਮਿਲਦੀ ਹੈ ਜੀ। ਵਾਸ ਕਰਕੇ ਲੰਮਾ ਲਟਕਾਉਂਦੇ ਨੇ ਵੀ ਸਾਨੂੰ ਰਿਹਾਈਸ਼ ਵੀ ਮਿਲ ਜਾਂਦੀ ਹੈ। ਇੱਕ ਟਾਈਪ ਦੀ 45000 ਦੀ ਵੀ 40000 ਦੀ ਨੌਕਰੀ ਮਿਲ ਗਈ। ਤੇ ਪੀਐਸਡੀ ਕਰਨ ਤੋਂ ਬਾਅਦ ਉਹ ਵੀ ਬੰਦ ਹੋ ਜਾਣੀ ਹੈ ਸਕਾਲਰਸ਼ਿਪ। ਨੌਕਰੀ ਫੇਰ ਨਹੀਂ ਮਿਲਣੀ। ਤੇ ਉਹ ਵੀ ਮੱਖੀ ਤਾਂ ਮੱਖੀ ਮਾਰਦੇ ਨੇ। ਕਿੰਨੀਆਂ ਕੋ ਸਾਡੀਆਂ ਯੂਨੀਵਰਸਿਟੀਆਂ ਨੇ ਪੰਜਾਬ ਨਾਲ ਸੰਬੰਧਤ ਵਿਸ਼ਿਆਂ ਤੇ ਭਾਈ ਗੁਰਦਾਸ ਜੀ ਤੋਂ ਅੱਗੇ ਗੱਲ ਤੋਰੀ ਏ ਭਾਈ ਕਾਨ ਸਿੰਘ ਨਾਬੇ ਤੋਂ ਅੱਗੇ ਗੱਲ ਤੋਰੀ ਏ ਪ੍ਰੋਫੈਸਰ ਸਾਹਿਬ ਸਿੰਘ ਜੀ ਤੋਂ ਅੱਗੇ ਗੱਲ ਤੋਰੀ ਏ ਭਾਈ ਵੀਰ ਸਿੰਘ ਜੀ ਤੋਂ ਅੱਗੇ ਗੱਲ ਤੋਰੀ ਏ ਤਾਨੀਕ ਲਾਲ ਰਾਮ ਚਾਤਰੀਕ ਤੋਂ ਅੱਗੇ ਗੱਲ ਤੋਰੀ ਏ ਕਿਸੇ ਇੱਕ ਪਾਸੇ ਤਾਂ ਅਸੀਂ ਦਿਖਾਈਏ ਉਹ ਵੀ ਤੁਸੀਂ ਛੱਡ ਦਿਓ ਕਿੰਨੀਆਂ ਕੋ ਸਾਡੀਆਂ ਯੂਨੀਵਰਸਿਟੀਆਂ ਨੇ ਹੁਣ ਗੱਲ ਬੜੀ ਚੁਬੇਗੀ ਸਾਰਿਆਂ ਨੂੰ ਔਰ ਅੱਜ ਦੇ ਪਾਲਿਆਂ ਨੂੰ ਤੇ ਹੋਰ ਜ਼ਿਆਦਾ ਚੁਬੇਗੀ ਕਿਉਂਕਿ ਮੈਂ ਐਗਜ਼ਾਮਪਲ ਅਸੀਂ ਦੇ ਦਿੱਤੀ ਹੈ ਕਿੰਨੇ ਸਾਡੀਆਂ ਯੂਨੀਵਰਸਿਟੀਆਂ ਨੂੰ ਪਤਾ ਔਰ ਪਾਲਿਆ ਨੂੰ ਪਤਾ ਔਰ ਉਹ ਗੱਲ ਕਿਵੇਂ ਚਲਾਣਗੇ ਅੱਗੇ ਕਿ ਜਿਹੜਾ ਫਾਈਬਰ ਟੈਕਨੋਲੋਜੀ ਦਾ ਕਰਤਾ ਸੀ ਉਹ ਵੀ ਇੱਕ ਸਿੱਖ ਸੀ ਜਿਹੜਾ ਸੈਲੂਲਰ ਪੁਰਾਣੀ ਪ੍ਰਣਾਲੀ ਦਾ ਕਰਤਾ ਸੀ ਉਹ ਵੀ ਇੱਕ ਸਿੱਖ ਸੀ ਜਿਹੜਾ ਵਾਈਫਾਈ ਪ੍ਰਣਾਲੀ ਦਾ ਕਰਤਾ ਸੀ ਉਹ ਵੀ ਇੱਕ ਸਿੱਖ ਸੀ ਉਸ ਤੋਂ ਅੱਗੇ ਤੁਰਨਗੇ ਕਿ ਮੋਂਟੇਹ ਸਿੰਘ ਤੋਂ ਅੱਗੇ ਜਾਣਗੇ ਕਿ ਮਨਮੋਹਨ ਸਿੰਘ ਤੋਂ ਅੱਗੇ ਜਾਣਗੇ ਗਲਤ ਆਸੀ ਕਿ ਪੀ ਐਚ ਡੀ ਦਾ ਮਿਆਰ ਅਸੀਂ ਕੀ ਕੀਤਾ ਕੋਈ ਕਰਦਾ ਫਰਾਂਸ ਵਾਲਾ ਜੀ ਕਿ ਅਸੀਂ ਤਾਂ ਸਿਰ ਗਧਿਆਂ ਨੂੰ ਦਿੰਦੇ ਆ ਜੀ ਲੈ ਕਾ ਨੂੰ ਨਹੀਂ ਮੈਂ ਬਲਰਾਜਸਾਨੀ ਦਾ ਇੱਕ ਕਿਤਾਬ ਸੀਗੀ ਮੇਰਾ ਪਾਕਿਸਤਾਨੀ ਸਫਰਨਾਮਾ ਜੀ ਉਹਦੇ ਚ ਉਹਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ ਕਹਿੰਦਾ ਕਿ ਕੀਟਸ ਬਾਰੇ ਪਾਕਿਸਤਾਨ ਦੇ ਸ਼ਾਇਰ ਬੜੀ ਅੱਛੀ رائے ਰੱਖਦੇ ਸਨ ਪਰ ਜਦੋਂ ਸ਼ਿਵ ਕੁਮਾਰ ਬਟਾਲਵੀ ਨੂੰ ਪੜਦੇ ਸੀ ਤੇ ਕਹਿੰਦੇ ਸੀ ਕਿਟਸ ਦੇ ਬਰਾਬਰ ਤੇ ਨਹੀਂ ਹੈ ਸ਼ਿਵ ਕੁਮਾਰ ਬਟਾਲਵੀ ਨੇ ਪੰਜਾਬੀ ਮਾਂ ਬੋਲੀ ਦੀ ਅਜਹੀ ਸੇਵਾ ਕੀਤੀ ਜਿਸ ਨੂੰ ਅਸੀਂ ਭੁਲਾ ਨਹੀਂ ਸਕਦੇ ਪਰ ਸਾਨੂੰ ਕਿਟਸ ਜ਼ਿਆਦਾ ਚੰਗਾ ਲੱਗਣ ਲੱਗ ਪਿਆ ਕਿਉਂਕਿ ਕਿਟਸ ਪੱਛਮ ਦੇ ਕਲਚਰ ਚੋਂ ਆਇਆ ਔਰ ਇਹ ਨਵੀਂ ਐਜੂਕੇਸ਼ਨ ਪ੍ਰਣਾਲੀ ਦੇ ਨਾਲ ਜੁੜਿਆ ਹੋਇਆ ਸਰਦਾਰ ਸਾਹਿਬ ਬਹੁਤ ਹੀ ਇੱਕ ਨਾਜ਼ੁਕ ਦੌਰ ਦੇ ਉੱਤੇ ਅਸੀਂ ਖਲੋਤੇ ਹੋਏ ਹਾਂ ਰਾਜਨੀਤਿਕ ਪੰਜਾਬੀ ਮਾਂ ਬੋਲੀ ਦਾ ਕਾਣ ਕਰਨ ਵਾਸਤੇ ਇੱਕ ਵਰਗ ਨੂੰ ਕਹਿੰਦੇ ਨੇ ਕਿ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਨਹੀਂ ਲਿਖਾਣੀ ਕੁਝ ਅਖਬਾਰਾਂ ਦੇ ਮਾਲਕ ਕੁਝ ਸਿਆਸਤਦਾਨ ਅਜਈਆਂ ਗੱਲਾਂ ਕਰਦੇ ਰਹੇ ਜਿਹਦੇ ਨਾਲ ਪੰਜਾਬੀ ਮਾਂ ਬੋਲੀ ਨੂੰ ਇੱਕ ਵਰਗ ਨੇ ਤਿਆਗ ਦਿੱਤਾ ਤਿਲੰਝਲੀ ਦੇ ਦਿੱਤੀ ਇੱਕੋ ਵੀ ਸਮਾਂ ਹੁੰਦਾ ਸੀ ਜਦੋਂ ਇੱਕ ਧਾਰਮਿਕ ਆਗੂ ਨੇ ਇਹ ਗੱਲ ਕਹੀ ਸੀ ਕਿ ਜਿੰਨੀ ਦੇਰ ਤੱਕ ਤੁਹਾਡੇ ਘਰਾਂ ਚੋਂ ਜਪਜੀ ਤੇ ਸੁਖਮਣੀ ਨਹੀਂ ਨਿਕਲਦੀ ਤਦ ਤੱਕ ਇਸ ਦੇਸ਼ ਦੇ ਉੱਤੇ ਸਾਡਾ ਰਾਸ਼ਟਰ ਨਹੀਂ ਬਣ ਸਕਦਾ ਪੰਜਾਬੀਆਂ ਨੂੰ ਨੇ ਚੁਣੌਤੀ ਦਿੱਤੀ ਸੀ ਇਹ ਗੱਲਾਂ ਬੜਿਆ ਕੁਝ ਹੋਇਆ ਹੁਣ ਅਸੀਂ ਜਿਸ ਹਾਲਾਤ ਵਿੱਚ ਖਲੋਤੇ ਹੋਏ ਹਾਂ ਐਸ ਵੇਲੇ ਤੁਹਾਡੇ ਪਿੱਛੇ ਖਾਈ ਹੈ ਅੱਗੇ ਖੂਹ ਹੈ ਪੰਜਾਬੀ ਕੀ ਕਰਨੀ ਮੈਂ ਫੇਰ ਇੱਕ ਉਦਾਹਰਣ ਦੇਣ ਲੱਗਾ ਜੀ ਮੈਂ ਫਾਈਬਰ ਦੀ ਆਪਟੀਕਲ ਦੀ ਗੱਲ ਕੀਤੀ ਸਰਦਾਰ ਕੰਪਨੀ ਸੀ ਜੀ ਕੰਪਨੀ ਜੀ ਹਾਂਜੀ ਕੰਪਨੀ ਜੀ ਜੀ ਹਾਂਜੀ ਸਰਦਾਰ ਕੰਪਨੀ ਜੀ ਦੀ ਇੱਕ ਗੱਲ ਦੱਸਣ ਲੱਗਾ ਤੁਹਾਨੂੰ ਮੈਂ ਉਹਨਾਂ ਦੀ ਪੜ੍ਹੀ ਬਹੁਤ ਕੁਝ ਪੜਿਆ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਘਰ ਉਦੋਂ ਤੱਕ ਰੋਟੀ ਨਹੀਂ ਸੀ ਮਿਲਦੀ ਜਦ ਤੱਕ ਜਪਜੀ ਸਾਹਿਬ ਦਾ ਪਾਠ ਨਾ ਕਰ ਲਈਏ ਤੇ ਘਰ ਉਦੋਂ ਤੱਕ ਦਿਨ ਨਹੀਂ ਸੀ ਚੜਦਾ ਜਦ ਤੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਨਾ ਟੇਕ ਲਈਏ ਆਸੀ ਸਾਡੀ ਵਿਦਿਅਕ ਪ੍ਰਣਾਲੀ ਦਾ ਆਰੰਭ ਕੰਨ ਨੇ ਦਿੱਤਾ ਉਹ ਲਿਖਦੇ ਨੇ ਮਾਤਾ ਨੇ ਦਿੱਤਾ ਉਹ ਲਿਖਣੇ ਪਿਤਾ ਨੇ ਦਿੱਤਾ ਉਹ ਆਪ ਦੱਸ ਰਹੇ ਨੇ ਐਨਾ ਵੱਡਾ ਸਾਇੰਟਿਸਟ ਦੁਨੀਆ ਉਸ ਦੀ ਇਜਾਦ ਤੇ ਅੱਜ ਚੱਲਦੀ ਪਈ ਏ ਔਰ ਜੇ ਮਿਸਟਰ ਕੰਪਨੀ ਦੇ ਸਰਦਾਰ ਸਿੰਘ ਸਾਹਿਬ ਦੀ ਉਹ ਇਜਾਦ ਮੰਨਫੀ ਕਰ ਦਿੱਤੀ ਜਾਏ ਤੇ ਅੱਜ ਦੁਨੀਆ ਜਿਹੜਾ ਇੱਕ ਪਿੰਡ ਬਣ ਗਈ ਏ ਉਹ ਫਿਰ ਖਤਮ ਹੋ ਜਾਏਗੀ ਬੜੀ ਜਿੜੀ ਸੂਰਜ ਤੱਕ ਪਹੁੰਚਣ ਦੀਆਂ ਤਾਹਾਂ ਲਾ ਰਹੀ ਏ ਉਸੇ ਵਜ੍ਹਾ ਕਰਕੇ ਲਾ ਰਹੀ ਏ ਉਸੀ ਜੋ ਇੱਕ ਬਹੁਤ ਵੱਡਾ ਘਿਸਾ ਤੇ ਉਹ انسان ਇਹ ਕਹਿੰਦਾ ਕਿ ਮੇਰੀ ਬੁਨਿਆਦ ਗੁਰਮੁਖੀ ਤੋਂ ਹੋਈ ਸੀ ਗੁਰੂ ਤੋਂ ਹੋਈ ਸੀ ਤੇ ਮੈਂ ਗੁਰੂ ਨਾਲ ਜੁੜਿਆ ਰਿਆ ਜਿਸ ਕਰਕੇ ਮੈਂ ਇੱਥੋਂ ਤੱਕ ਪਹੁੰਚ ਗਿਆ ਹੁਣ ਤੁਸੀਂ ਪੁੱਛਿਆ ਕੀ ਕਰੀਏ ਪੰਜਾਬ ਦੇ ਵਿਦਿਆਪਨ ਵਾਲੀ ਨੂੰ ਖਾਸ ਤੌਰ ਤੇ ਪ੍ਰਾਇਮਰੀ ਮਿਡਲ ਅਤੇ ਪਲੱਸ 2 ਤੱਕ ਦੇ ਵਿਦਿਆਪਨਾਲੀ ਨੂੰ ਊੜਾ ਊਂਠ ਦੀ ਬਜਾਏ ਬੱਬਾ ਬੋਤਾ ਤੇ ਲਿਆਣਾ ਪੈਣਾ ਸਾਡਾ ਊੜਾ ਊਂਠ ਨਹੀਂ ਹੈਗਾ ਸਾਡਾ ਬੱਬਾ ਬੋਤਾ ਹੈ। ਢੇਲਾ ਨਾਰ ਨਹੀਂ ਹੈਗਾ ਢੇਲਾ ਆਕਾਲ ਤੇ ਆਕੇ ਖੜਨਾ ਪੈਣਾ ਸਾਨੂੰ। ਓਨਕਾਰ ਤੇ ਆਕੇ ਜੁੜਨਾ ਪੈਣਾ ਸਾਨੂੰ ਤੇ ਸਾਡੀ ਵਰਣਮਾਲਾ ਵਿੱਚੋਂ ਸਾਡੇ ਕੈਦੇਚੋਂ ਕਈ ਹੋਰ ਬੜੇ ਅੱਛੇ ਗੁਰਮੁਖੀ ਦੇ ਕੈਦੇ ਅੱਜਕੱਲ ਬੜੇ ਵਿਕਸਾਪ ਕੀਤੇ ਜਾ ਰਹੇ ਨੇ ਸੰਸਥਾਵਾਂ ਵੱਲੋਂ 2250 ਰੁਪਏ ਦੇ ਵੀ ਬਣਾ ਰਹੇ ਨੇ ਕਿ ਭਈ ਉਹਨਾਂ ਨੇ ਮਿਹਨਤ ਕੀਤੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਭਈ ਆ ਚੀਜ਼ ਅੰਜ ਪੈਸੇ ਕਮਾਉਣ ਵਾਸਤੇ ਉਹ ਸੋਸ਼ਲ ਇਕੱਠ ਕਰਕੇ ਤੇ ਕਰਨ ਮਤਲਬ ਚਲੋ ਫੇਰ ਵੀ ਪਰ ਮੈਂ ਫੇਰ ਵੀ ਉਹਨਾਂ ਹੀ ਚ ਇੱਕ ਉਨਤਾਈ ਦੇਖਦਾ ਜਿਹੜੇ ਪਾਸੇ ਮੈਂ ਉਹਨਾਂ ਨੂੰ ਹੀ ਨਿਸ਼ਾਨਬਈ ਕਰਨਾ ਚਾਹਨਾ ਕਿ ਸਾਡਾ ਕਾਇਦਾ ਇੱਕ ਤੋਂ ਸ਼ੁਰੂ ਹੋਏਗਾ ਸਾਡਾ ਗੁਰਮੁਖੀ ਦਾ ਕਾਇਦਾ ਇੱਕ ਓੰਕਾਰ ਤੋਂ ਸ਼ੁਰੂ ਹੁੰਦਾ ਉਹਦੇ ਚ ਇੱਕ ਓ ਤੇਕਾਰ ਨੂੰ ਡਿਫਾਈਨ ਕਰਨਾ ਪੈਣਾ ਉਸ ਤੋਂ ਬਾਅਦ ਹੀ ਇਹ ਚੱਲੇਗਾ ਜੇ ਨਹੀਂ ਤਾਂ ਨਹੀਂ ਚੱਲ ਸਕਦਾ ਔਰ ਜੇ ਅਸੀਂ ਇਹ ਨਾ ਚਲਾਇਆ ਜੇ ਸੀ ਨਾ ਅਕਾਲ ਤੇ ਪਹੁੰਚਾਂਗੇ ਤੇ ਨਾ ਆਪਣੀ ਸਬੈਤਾ ਊੜਾ ਉੰਟ ਤੇ ਹੀ ਰਹਿ ਜਾਾਂਗੇ ਪਪਾ ਬੋਤਾ ਤੇ ਨਹੀਂ ਆਵਾਂਗੇ ਆ ਗੱਲ ਸਾਨੂੰ ਸਮਝ ਨਹੀਂ ਪੈਣੀ ਏ ਔਰ ਇਹ ਗੱਲ ਸਾਨੂੰ ਖੁਸ਼ ਕਸ਼ਟ ਇੱਕ ਹੁੰਦੀ ਸੀ ਗੁਰਮੁਖੀ ਲਿਖਣ ਦੀ ਜਿਹੜੀ ਤਖਤੀ ਜਿਹੜੀ ਤਖਤੀ ਜਿਹੜੀ ਤਖਤੀ ਤੇ ਸ਼ਬਦ ਕਿਵੇਂ ਜੰਮਦਾ ਕਿਵੇਂ ਤੁਰਦਾ ਕਿ ਕਿਵੇਂ ਉਹ ਉਚਾਰਣ ਵਿੱਚ ਬੋਲਦਾ ਉਹ ਸਾਨੂੰ ਮੁੜ ਸਥਾਪਿਤ ਕਰਨਾ ਪੈਣਾ ਮੈਂ ਤਾਂ ਕਈ ਟੀਚਰਾਂ ਨਾਲ ਗੱਲ ਕੀਤੀ ਹੈ ਪ੍ਰਾਇਮਰੀ ਦੇ ਪੰਜਾਬੀ ਦੇ ਟੀਚਰਾਂ ਕੋਲ ਆਪਣਾ ਗੁਰਮੁਖੀ ਵਾਲਾ ਉਚਾਰਣ ਹੀ ਨਹੀਂ ਜਿਹੜਾ ਪੰਜਾਬੀ ਵਰਣਮਾਲਾ ਵਾਲਾ ਉਚਾਰਣ ਹੀ ਨਹੀਂ ਕਰ ਰਿਹਾ ਤੇ ਜਿਸ ਵੇਲੇ ਅਸੀਂ ਇਹ ਚੀਜ਼ਾਂ ਬੁਨਿਆਦੀ ਰੂਪ ਵਿੱਚ ਹੀ ਆਪਣੀਆਂ ਛੱਡ ਗਏ ਆ ਤੇ ਫਿਰ ਅਸੀਂ ਉਸ ਵਿੱਚੋਂ ਕਣ ਗੁਰਮੁਖੀ ਦਾ ਪੰਜਾਬ ਦਾ ਤੇ ਪੰਜਾਬੀਅਤ ਦਾ ਕਣ ਕਿੱਥੋਂ ਪੈਦਾ ਕਰਾਂਗੇ ਨਹੀਂ ਕਰ ਸਕਦੇ ਸਾਡੇ ਕੋਲ ਸਿਰ ਟੈਸਟ ਟਿਊਬੇ ਦੀ ਵੀ ਦਾ ਕੰਨ ਰਹਿ ਗਿਆ ਜੇ ਟੈਸਟ ਟਿਊਬ ਵਿਦਿਆ ਦਾ ਕੰਨ ਰਹਿ ਗਿਆ ਜੇ ਸਾਰੋਗੇਸੀ ਵਿਦਿਆ ਦਾ ਕੰਨ ਰਹਿ ਗਿਆ ਜੇ ਜਿਵੇਂ ਮਨੁੱਖਤਾ ਉਹ ਆ ਰਹੀ ਹੈ ਉਵੇਂ ਹੀ ਵਿਦਿਆ ਵੀ ਉਹੀ ਆ ਰਹੀ ਹੈ ਤੇ ਆ ਵਿਦਿਆਪਨ ਵਾਲੀ ਸਾਨੂੰ ਛੱਡਣੀ ਪੈਣੀ ਹੈ ਜਿਹੜੀ ਵਿਦਿਆਪਨ ਵਾਲੀ ਗੁਰ ਅੰਗਦ ਪਾਸ਼ਾ ਜੀ ਨੇ ਧਰਮਸ਼ਾਲ ਦੀ ਸਥਾਪਿਤ ਕੀਤੀ ਸੀ ਉਸ ਧਰਮਸ਼ਾਲ ਦੀ ਵਿਦਿਆਕ ਪ੍ਰਣਾਲੀ ਨੂੰ ਗੁਰਦੁਆਰੇ ਨਾਲ ਜੋੜ ਕੇ ਸਾਨੂੰ ਫੇਰ ਮੁੜ ਸਥਾਪਿਤ ਕਰਨਾ ਪੈਣਾ ਤਾਂ ਜਾ ਕੇ ਪੰਜਾਬ ਪੰਜਾਬ ਰਹੇਗਾ ਤਾਂ ਜਾ ਕੇ ਪੰਜਾਬੀਅਤ ਜੀਵਤ ਰਹੇਗੀ ਤਾਂ ਹੀ ਜਾ ਕੇ ਗੁਰਮੁਖੀ ਪਰਫੁੱਲਤ ਹੋਣੀ ਜੀ ਜੀ ਬਿਲਕੁਲ ਤੁਹਾਡੀ ਗੱਲ ਸੋਲਾ ਨੇ ਸੱਚ ਹੈ ਸਰਦਾਰ ਸਾਹਿਬ ਅੱਜ ਪਾਣੀ ਪਾਣੀ ਹੋ ਗਿਆ ਔਰ ਅਫਸੋਸ ਦੀ ਗੱਲ ਹੈਗੀ ਹੈ ਕਿ ਅੱਜ ICIC ICS ਔਰ CBSE ਦੇ ਸਕੂਲਾਂ ਵਿੱਚੋਂ ਪੜ੍ਹੇ ਹੋਏ ਬੱਚੇ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨ ਤੋਂ ਵੀ ਦੂਰ ਚਲੇ ਗਏ ਅੱਜ ਪਾਪਾ ਨੰਨਾ ਨਾਣਾ ਈ ਨਹੀਂ ਬੋਲ ਸਕਦੇ ਅਫਸੋਸ ਇਸ ਤੇ ਆਂਦਾ ਹੈ ਕਿ ਅੱਜ ਸਾਡੇ ਬੱਚੇ 49 59 69 79 99 399 ਨੂੰ ਵੀ ਬੋਲਣ ਲੱਗਿਆ ਝਿਜਕ ਜਾਂਦੇ ਨੇ ਬੱਚਿਆਂ ਨੂੰ ਟਾਈਮ ਪੁੱਛੋ ਤਾਂ ਉਹ 1:30 ਕਹਿ ਕੇ ਖੁਸ਼ ਹੁੰਦੇ ਨਹੀਂ ਡੇਢ ਕਹਿ ਕੇ ਖੁਸ਼ ਨਹੀਂ ਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਡੇਢ ਕਿੰਨੂ ਕਹਣਾ ਜਦੋਂ ਤੁਸੀਂ ਦੱਸਿਆ ਢਾਈ ਬਿਲਕੁਲ ਸਾਢੇ 2 ਵਜੇ ਨੇ ਹਾਂਜੀ ਇਹ ਮਜ਼ਾ ਹਮੇਸ਼ਾ ਉਹ ਕੌਮਾਂ ਮਰ ਜਾਂਦੀਆਂ ਨੇ ਜਿਹੜੀਆਂ ਆਪਣੇ ਵਿਰਸੇ ਤੋਂ ਟੁੱਟ ਜਾਂਦੀਆਂ ਨੇ ਸਾਨੂੰ ਕਿਸੇ ਮਾਡਲ ਦੀ ਜ਼ਰੂਰਤ ਨਹੀਂ ਸਾਡਾ ਪੰਜਾਬ ਮਾਡਲ ਬਹੁਤ ਵਧੀਆ ਆਇਆ ਐਜੂਕੇਸ਼ਨ ਬੋਰਡ ਜਿਹੜਾ ਹੈਗਾ ਪੰਜਾਬ ਸਕੂਲ ਸਿੱਖਿਆ ਬੋਰਡ ਅਗਰ ਉਹ ਸੁਚੇਤ ਹੋ ਕੇ ਆਪਣੇ ਸਕੂਲਾਂ ਨੂੰ ਸੰਭਾਲੇ ਤਾਂ ਪੰਜਾਬੀ ਵਿਰਸਾ ਬਚ ਸਕਦਾ ਹੈ ਪੰਜਾਬੀ ਮਾਂ ਬੋਲੀ ਬਚ ਸਕਦੀ ਹੈ ਪੰਜਾਬੀ ਲਿਪੀ ਵੀ ਬਚ ਸਕਦੀ ਆ ਪਰ ਸਾਡੀ ਬਦਕਿਸਮਤੀ ਹੈਗੀ ਹੈ ਕਿ ਕਾਬਜ ਤੇਰਾ ਨੇ ਕਦੀ ਵੀ ਉਸ ਪਾਸੇ ਧਿਆਨ ਨਹੀਂ ਦਿੱਤਾ ਸਾਨੂੰ ਸੁਪਨੇ ਵਿੱਚ ਦਿਖਾਇਆ ਜਾਂਦਾ ਹੈ ਕਿ ਆਹ ਵੇਖੋ ਕਿੰਨਾ ਸੋਹਣਾ ਮਾਡਲ ਹੈ ਸਕੂਲ ਦੀ ਖੂਬਸੂਰਤੀ ਦੇਖੋ 에어 ਕੰਡੀਸ਼ਨ ਕਲਾਸਿਸ ਦੇਖੋ ਲੇਕਿਨ ਉਹਨਾ 에어 ਕੰਡੀਸ਼ਨ ਕਲਾਸਿਸ ਤੇ ਸਕੂਲ ਦੀ ਖੂਬਸੂਰਤੀ ਦਾ ਜਿਹੜਾ ਬਦਨੁਮਾ ਚਿਹਰਾ ਦਿੱਲੀ ਦੀ ਮੁੱਖ ਮੰਤਰੀ ਮਾਨਯੋਗ ਬੀਬੀ ਆਤਿਸ਼ੀ ਜੀ ਦਿਖਾਉਂਦੇ ਪਏ ਨੇ ਉਹਨੂੰ ਵੇਖ ਕੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੇ ਉੱਤੇ ਸੱਭਿਆਚਾਰਕ ਹਮਲਾ ਹੋ ਚੁੱਕਾ ਹੈ ਜਿਹੜਾ ਤੁਹਾਨੂੰ ਲੱਚਰ ਗਾਈ ਕੀ ਦਿੱਤੀ ਉਹ ਇੱਕ ਹਮਲਾ ਨੌਜਵਾਨੀ ਤੇ ਸੀ ਇਹ ਤੇ ਤੁਹਾਡੇ ਬਾਲ ਮਨਾਂ ਤੇ ਹਮਲਾ ਹੋਣ ਜਾ ਰਿਹਾ ਤੁਹਾਡੇ ਬਾਲ ਮਨਾਂ ਨੂੰ ਦੱਸਿਆ ਜਾ ਰਿਹਾ ਕਿ ਤੁਸੀਂ ਉਜੱਡ ਭਾਸ਼ਾ ਵਰਤਦੇ ਹੋ ਜਦੋਂ ਕਿ ਇਹ ਭਾਸ਼ਾ ਦੁਨੀਆ ਦੀਆਂ ਬਿਹਤਰੀਨ ਭਾਸ਼ਾਵਾਂ ਦੇ ਵਿੱਚੋਂ ਇੱਕ ਹੈ ਸਰਦਾਰ ਸਾਹਿਬ ਬਹੁਤ ਬਹੁਤ ਧੰਨਵਾਦ ਕੱਲ ਇੱਕ ਨਵੇਂ ਮੁੱਦੇ ਨਾਲ ਇੱਕ ਵਾਰ ਫੇਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਤਦ ਤੱਕ ਲਈ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ